ਬਿਸਮਿਲ੍ਲਾਹਿਰਰਹਮਾਨਿਰਰਹੀਮ ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਅਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਲੈ ਕੇ ਆਏ ਇੱਕ ਮੱਝ, ਮੇਰੇ ਖਿਆਲ ਹੈ ਦੂਸਰਾ ਸੂਆ ਸੂਈ ਹੋਈ ਪਹਿਲਾਂ ਪਹਿਲਾਂ ਨੇ। ਚਲੋ ਮਾਲਕ ਨੂੰ ਮਜ਼ੀਦ ਡਿਟੇਲ ਲੈਂਦੇ ਹਾਂ। ਕੈਮਰਾਮੈਨ ਮੱਝ ਵਿਖਾਉਂਦੇ ਨੇ, ਫਿਰ ਆਪਾਂ ਪੁੱਛਣੇ ਆ ਕੇ ਅੱਛੀ ਤਰ੍ਹਾਂ ਦਿਖਾਓ ਨਾ ਮੱਝ ਹੈ ਤਾਂ ਉਹ ਕਿਵੇਂ ਕਹਿੰਦਾ। ਸਰਦੀਆਂ 'ਚ ਹਾਲਾਤ ਕੋਈ ਨਹੀਂ ਬਣੇ ਖਲੋ, ਅਤੇ ਬਾਰਿਸ਼ 'ਚ ਅਸੀਂ ਵੀ ਆਏ ਹਾਂ ਕੁਛ ਦੋਸਤਾਂ ਦੀ ਮਜਬੂਰੀ ਅਤੇ ਕੁਛ ਦੋਸਤਾਂ ਦੀ ਫਰਮਾਇਸ਼ 'ਚ। ਸਿੱਧਾ ਹੋ ਕੇ ਸਿੱਧੇ ਹੋ ਕੇ ਬਣਾਓ ਨਾ ਇਹਨੂੰ ਸਿੱਧਾ। ਅੱਗੋਂ ਵੀ ਥਾਂ ਦਿਖਾ ਤੇ ਹੋਣਾ ਚਾਹੀਦਾ। ਦੂਜੀ ਸਾਈਡ ਮੋਰ ਮੂੰਹ ਇਹਦਾ ਉਰਲੇ ਸਾਈਡ ਦਾ ਮੂੰਹ ਕਰਨ ਚਲੋ ਇਹ ਵੀ ਠੀਕ ਹੈ। ਅੱਗੇ ਲਾਗੇ ਥੋੜ੍ਹਾ ਕਰ ਦੇਵੋ, ਵੈਸੇ ਅੱਖਾਂ ਵੀ ਦਿਖਾ ਦਿਓ, ਸਿੰਘ ਵੀ ਮੂੰਹ ਅੱਛੀ ਤਰ੍ਹਾਂ ਦਿਖਾ ਦੇਵੋ, ਦੂਜੇ ਮਗਰੋਂ ਸਾਰੀ ਅੱਛੀ ਤਰ੍ਹਾਂ ਦਿਖਾ ਛੱਡੋ। ਬਣ ਛੱਡੋ, ਜੇ ਉਧਰ ਲੈ ਜਾਣੀ ਜੇ ਲੈ ਚਲੋ ਗਾ ਲੈ ਚਲੋ, ਮਗਰ ਮਗਰ ਲੈ ਸਾਰੀ ਨਾ ਟੁਰੀ ਦੀ ਜਾਂਦੇ ਨੇ ਸਾਰੇ ਇੱਕ ਵਾਰੀ ਜੁੱਟ ਦੇ ਪਾ ਛੱਡੇ। ਮਿੱਟੀ ਨਾਲ ਤਾਂ ਜੜੀ ਨਾਲ ਲਾਤ ਤੇ ਸਾਨੂੰ ਥੱਲੇ ਨਜ਼ਰ ਆਉਂਦਾ ਹੈ ਕੀ ਲਾ ਦਾ ਯਕੀਨ ਕਰ, ਜਾਨਵਰਾਂ ਨਾਲ ਜ਼ੁਲਮ ਕਰਦੇ ਜਿਹੜੇ ਨਾ ਆਪਣੇ ਨਾਲ ਮਜਬੂਰੀ ਹੈ ਮਜਬੂਰੀ ਆ। ਹੁਣ ਕੱਲ ਦੀ ਬੱਤੀ ਬੰਦ ਦਾ ਸੁੱਕਾ ਬਹੁਤ ਅੱਗੂ ਪਿਆ ਹੋਇਆ। ਸਹੀ ਗੱਲ ਆ, ਤੂੰ ਵੇਖ ਅੱਗੋਂ ਕਰਕੇ ਥਾਣ ਵੀ ਨਾ ਅੱਛੀ ਤਰ੍ਹਾਂ ਦੋਨਾਂ ਪਾਸੇ ਦਿਖਾ ਦਿਖਾ ਛੱਡੇ ਨੇ ਸਾਰੇ ਬੱਚੇ ਚਾਰਾਂ ਪਾਸੋਂ ਇੱਕ ਜਗ੍ਹਾ ਤੋਂ ਨਾ ਦਿਖਾਏ ਕਰੋ, ਚਾਰਾਂ ਪਾਸੇ ਦਿਖਾ ਛੱਡੀ ਕਰੋ। ਉੱਚਿਆ ਚੜ ਗਿਆ ਇਸ ਤਰ੍ਹਾਂ ਉਤਰ ਕੇ ਨਾ
ਲੈ ਆਓ ਇੱਧਰ ਨਾ, ਬੱਚਾ ਵੀ ਨਾਲ ਦਿਖਾ ਲਵੋ। ਕੱਟਾ ਹੈ ਜੀ, ਕੱਟਾ ਥੱਲੇ ਸੀ, ਠੀਕ ਹੋ ਗਿਆ। ਮੰਨ ਲਈਏ ਪੂਰੇ 2.5 ਲੱਖ। ਚਲੋ ਨਸੀਬ ਮੁਕੱਦਰ ਦੀ ਗੱਲ ਹੈ ਜੀ। ਇਸ ਟਾਈਮ ਤਾਂ ਜਿਹੜੀ ਲਿਬੜਿਆ ਹੋਇਆ ਹਾਲਤ ਬਣੀ, ਖੇਲੇ ਸਾਡੀ ਕੋਈ ਨਹੀਂ ਹਾਲਤ। ਅਸੀਂ ਵੈਸੇ ਪਰ ਲਗਾਇਆ ਜੇ ਨਾ, ਜਿਹੜੇ ਜਾਨਵਰਾਂ ਦੇ ਥੱਲੇ ਆ ਹਾਲਾਤ ਨੇ, ਯਕੀਨ ਕਰੋ ਇੱਧਰ ਜਾਨਵਰਾਂ ਦਾ ਵੀ ਲਾਇਆ ਜੇ ਹੈ, ਕੀ ਹਾਲਤ ਬਣੀ ਪਈ ਹੈ। ਖੈਰ ਲਾਇਆ ਬੁਰਾ, ਇੱਧਰ ਕਰੀਏ ਜਨਾਬ ਹੋਰਾਂ ਨਾਲ ਗੱਲ, ਟਾਈਮ ਥੋੜ੍ਹਾ ਯਾਰ। ਔਰ ਲੈ ਬੋਲੇ ਦੂਸਰਾ ਵੀਡੀਓ ਵੀ ਲੰਬੀ ਨਾ ਜ਼ਿਆਦਾ ਕਰੋ ਨਾ, ਅਤੇ ਲੈ ਆਵੋ ਉੱਥੇ ਸਿੱਧੇ ਉੱਥੇ ਅਗਾਂ ਉੱਥੇ ਖੜੋ ਕੇ ਗੱਲ ਕਰ ਲੈਂਦੇ ਹਾਂ, ਬ੍ਰੇਕ ਮਾਰ ਕੇ। ਹਾਂ ਬ੍ਰੇਕ ਲਗਾ ਲਓ ਤੁਸੀਂ। ਮਿਹਰਬਾਨੀ ਜਾਨਵਰਾਂ ਤੇ ਅੱਲਾ ਮਾਫ ਕਰਿਆ, ਅਸੀਂ ਜ਼ੁਲਮ ਹੁੰਦਾ ਪੈਣਾ, ਕੋਈ ਥੱਲੇ ਨਾ ਹੋਣ ਜਾਨਵਰਾਂ ਦੇ ਖਲੋਣ ਦੀ ਜਗ੍ਹਾ ਨਾ ਕੁਛ। ਜਨਾਬ ਸਾਨੂੰ ਡਿਟੇਲ ਦੱਸੋ, ਇੱਥੇ ਥੋੜਾ ਯਾਦ ਮੇਰੇ ਲੱਗ ਗਿਆ। ਸਾਰੀ ਰਾਤ ਇੱਦਾਂ ਹੀ ਖੜੇ ਰਹਿਣੇ ਜਿੱਥੇ ਖੜੇ ਆ। ਬਸ ਜੀ, ਕੀ ਹੁਣ ਕਹਿ ਸਕਦੇ ਆ। ਖੈਰ ਜਨਾਬ, ਇਹ ਕਿੰਨਵਾਂ ਸੁਬਾ ਸੁਈ ਇਹ? ਬਾਈ ਜੀ ਪਹਿਲੇ ਨੇ, ਪਹਿਲਾ ਸੁਬਾ ਸੁਈ। ਹਾਂਜੀ, ਅੱਜ ਕਿੰਨੇ ਦਿਨ ਪੱਕੇ ਨੇ? ਅੱਜ ਤਕਰੀਬਨ ਪੱਕੇ ਨੂੰ 21 ਦਿਨ ਹੋ ਗਏ ਜੀ। 14 ਕਿਲੋ ਠੰਡਾ ਦੁੱਧ ਮਿਲ ਸਕਦੇ ਹੋ, ਗਰੰਟੀ ਨਾਲ ਪੱਕਾ ਦੁੱਧ, ਪੱਕਾ ਮੁਕੰਮਲ ਬੱਚੇ। ਬੱਚੇ ਤੋਂ ਇਲਾਵਾ ਕਿੰਨਾ? ਬੱਚੇ ਤੋਂ ਇਲਾਵਾ ਮੁੜ ਆਪਦੇ ਮੁਤਾਬਿਕ ਬੱਚੇ ਨੂੰ ਛੱਡ ਦਿਓ, ਬਾਕੀ ਜਿਹੜਾ ਹੈ ਕਿਲੋ ਕਿਲੋ ਵੀ ਦੋਵਾਂ ਟਾਈਮਾਂ ਤੇ ਛੜੀ 12 ਕਿਲੋ 12 ਕਿਲੋ ਛੋਲਟੀ ਨਾਲ ਚੋ ਤੁਸੀਂ ਚਵਾਈ ਕਰਵਾਈ ਸਕਦੇ? ਹਾਂਜੀ, ਅਸੀਂ ਚਵਾਈ ਕਰਵਾਈ ਸਾਂ ਕਰ ਦੋ ਟਾਈਮ ਚਾਰ ਟਾਈਮ ਸਾਡੇ ਦੋਸਤ ਦੋ ਟਾਈਮ ਚਾਰ ਟਾਈਮ ਚੋਵਣ ਚਾਰ ਚੋਵਣਾ ਚਾਵਣ ਕਰਾਇਆ ਕਰਨਾ ਚਾਵੇ ਚਵਾਈ ਕਰਵਾਈ ਸੋ? ਬਿਲਕੁਲ ਕਰਾਵਾਂਗੇ, ਕਿਉਂ ਨਹੀਂ। ਮੌਸਮ ਦੀ ਵਜ੍ਹਾ ਤੋਂ ਕੋਈ ਪਾਈ ਅੱਧੇ ਕਿਲੋ ਦਾ ਫਰਕ ਪਾ ਜਾਵੇ, ਇਹ ਫਰਕ ਨਹੀਂ ਗਿਣਿਆ ਜਾਂਦਾ। ਪਾਈ ਅੱਧਾ ਕਿਲੋ ਵਾਲਾ ਜਿਹੜਾ ਨਾ ਫਰਕ ਉਹ ਨਹੀਂ ਗਿਣਿਆ ਜਾਂਦਾ, ਲੇਕਿਨ ਇਹ ਨਾ ਤੁਸੀਂ 14 ਦੱਸੋ ਤੇ 9 ਨਿਕਲੇ ਨਾ, ਇਹ ਕੰਮ ਹੁੰਦਾ ਵੀ ਨਹੀਂ। ਅੱਲਾ ਦੇ ਉੱਥੇ ਵੀ ਹੈਗਾ ਵੀ 8-9 ਨਿਕਲੇ ਤਾਂ ਅਸੀਂ ਜ਼ਿੰਮੇਦਾਰ ਹਾਂ ਫਿਰ। ਚਲੋ ਠੀਕ ਹੋ ਗਿਆ, 20 ਦਿਨਾਂ ਦੀ ਸੂਈ ਆ ਥੱਲੇ ਮੁਕੰਮਲ ਦੁੱਧ 14 ਕਿਲੋ ਸੂ, ਤੇ ਬੱਚੇ ਤੋਂ ਇਲਾਵਾ ਤੁਸੀਂ ਜਿੰਨਾ ਮਰਜ਼ੀ ਛੱਡਣਾ ਚਾਹੁੰਦੇ ਹੋ 12 ਪਹਿਲਾਂ ਜੋਟੀ ਖੜੀਆਂ ਨੇ। ਤੇ ਦੂਜੀ ਗੱਲ ਦੋਸਤੋ ਇਹ ਹੈ ਕਿ ਜਿਹੜੇ ਹਾਲਾਤ ਇੱਕ ਤੇ ਮੌਸਮ ਦੇ ਬਣੇ ਖਲੋਤੇ ਨਾ, ਅੱਲਾ ਬਿਹਤਰ ਜਾਣਦਾ ਕਿ ਕੀ ਹੋਣਾ। ਕੋਈ 3 ਦਿਨ ਦੇ ਲਗਾਤਾਰ ਬਾਰਿਸ਼ ਹੋ ਰਹੀ ਹੈ, ਟਾਈਮ ਥੋੜ੍ਹਾ ਹੈ। ਖੈਰ ਹਾਂਜੀ, ਇਹਦੀ ਹੁਣ ਕੀਮਤ ਜਿਹੜਾ ਨਾ ਪੱਕੀ ਜੀ ਫਾਈਨਲ ਜੀ ਕੀਮਤ ਪੱਕੀ ਜੀ? ਬਾਈ ਜੀ ਟਾਈਮ ਥੋੜ੍ਹਾ ਹੈ, ਰੁਪਈਆ ਲੈਣਾ 2 ਲੱਖ ਪੂਰਾ 2 ਲੱਖ ਪੂਰਾ? ਉਹ ਕਿਉਂ ਨਾ 19 ਤੇ ਨਾ 20? ਕਿਉਂ ਪੂਰਾ 2 ਲੱਖ ਤੇ ਹੋਰ ਕੀ ਹੈ? ਨਹੀਂ 2 ਲੱਖ ਜ਼ਿਆਦਾ ਹੈ, ਨਹੀਂ ਜ਼ਿਆਦਾ ਕੋਈ ਨਹੀਂ ਬਾਈ ਜੀ। ਅੱਗੋ ਇਹ ਵੀ ਤਾਂ ਵੇਖੋ, ਪਹਿਲੇ ਹੋ ਕੇ ਤੇ ਮਾਸ਼ਾਅੱਲਾ ਦੋ ਦਿਨ ਕਿੰਨਾ ਤੁਹਾਨੂੰ ਸਾਡੇ ਰੁਟੀਨ ਦਾ ਪਤਾ, ਮੈਂ ਇਹ ਰਿਵਾਜ ਹੀ ਖਤਮ ਕਰ ਛੱਡਿਆ। ਸਹੀ, ਮੈਂ ਦੋਸਤ ਵੀ ਸੁਣਦੇ ਪੈਣ, ਅਸੀਂ ਨਵਾਜ਼ ਬਾਈ ਕੋਲ ਗਾਵਾਂ ਦੀ ਅੱਗੇ ਪਿੱਛੇ ਜਿੱਥੇ ਵੀਡੀਓ, ਮੈਂ ਰਿਵਾਜ ਖਤਮ ਕਰ ਛੱਡਿਆ ਕਿ ਤੁਸੀਂ ਬਸ ਮੇਰੀ ਛੋਟੀ ਜੀ ਸੁਣ ਸੁਣ ਮੁਕਦੀ ਕਰ, ਮੇਰੀ ਸੁਣ ਲਵੋ ਫਿਰ ਕਰ ਲੈ ਮੁਕਦੀ, ਕਿ ਤੁਸੀਂ ਓਵਰ ਮੰਗਸੋ ਫਿਰ ਦੋਸਤ ਆਖਣ ਛੱਡ ਸਨ, ਨਾ ਤੁਸੀਂ ਓਵਰ ਮੰਗੋ ਨਾ ਦੋਸਤ ਛਡਾਉਣ, ਨਾ ਮੇਰੇ ਲਈ ਕਾਲ ਦੋਸਤ ਕਰਨ ਕਿ ਯਾਰ ਇਤਨੀ ਉਹਨਾਂ ਨਾਲ ਕਿੱਥੇ ਦੇਣੀ ਇਹਨੇ, ਜਿੱਥੇ ਤੁਸੀਂ ਦੇਣੀ ਨਾ ਪੱਕੀ ਜੀ ਦੱਸ ਛੱਡੋ ਕਿ ਅਸਾਂ ਇੱਥੋਂ ਘੱਟ ਨਹੀਂ ਰੁਪਈਆ, 1.95 ਲੈਣਾ, ਇਸ ਤੋਂ ਘੱਟ 1 ਰੁਪਈਆ ਨਹੀਂ ਲੈਣਾ। 1,95,000 ਦਿਲ ਮੰਨਦੇ ਤਾਂ ਫੋਨ ਕਰ ਛੱਡਿਆ, ਦਿਲ ਮੰਨੇ ਤਾਂ ਨਾ, ਕੋਈ ਹੋਰ ਵੀ ਇਹਦੇ ਨਹੀਂ, ਇਸ ਤੋਂ ਬਾਅਦ ਕਿ ਗੁੰਜਾਇਸ਼ ਕਾ ਕੋਈ ਹੈ ਤੇ ਹੁਣੇ ਦੱਸ ਦੇ ਨਹੀਂ 1 ਰੁਪਈਏ ਦੇ ਵੀ ਕਾ ਕੋਈ ਦੋਸਤ ਆਂਦੇ ਨੇ ਜਿਹੜਾ ਕਿਰਾਇਆ ਵਗੈਰਾ ਭਰ ਕੇ ਕੋਈ ਟਾਈਮ ਥੋੜਾ ਬਾਈ ਜੀ, ਤੇ ਇਸ ਤੋਂ ਬਾਅਦ 1 ਰੁਪਈਏ ਦੇ ਟਾਈਮ ਤੇ ਅਸੀਂ ਅਗਰ ਇਹਨਾਂ 12 ਛੇ ਚਾਹ ਖੜੇ ਆ ਤੁਹਾਡੇ ਕੋਲ ਤੇ ਟਾਈਮ ਤਾਂ ਸਾਡੇ ਕੋਲ ਵੀ ਥੋੜਾ, ਤੇ ਦੂਸਰੇ ਨੰਬਰ ਤੇ ਫੋਨ ਨੰਬਰ ਆਪਣਾ ਬੋਲ ਛੱਡੋ 0343 0173773 87।
ਠੀਕ ਹੋ ਗਿਆ ਨੰਬਰ ਦੋਸਤੋ ਤੁਹਾਡਾ ਦੇ ਛੱਡਿਆ, ਕੁਛ ਇਹ ਵੀ ਜਲਦੀ ਅਚਣ ਮਹਿਮਾਨ ਆਨੇ ਤੇ ਕੁਛ ਅਸੀਂ ਮੌਸਮ ਦੀ ਖਰਾਬ ਦੀ ਵਜ੍ਹਾ ਤੋਂ ਬੜਾ ਸਫ਼ਰ ਕਰ ਖਲੋ ਤੇ ਚਲੋ ਦੋਸਤਾਂ ਨੂੰ ਮੁੱਕੇ ਖਲੋਤੇ। ਠੀਕ ਹੈ ਦੋਸਤੋ, ਅਗਰ ਤੁਹਾਨੂੰ ਪਸੰਦ ਆਉਂਦੀ ਨਾ ਜਿਹੜੀ ਇਹਨਾਂ ਗੱਲ ਕੀਤੀ, ਇਨਸ਼ਾਅੱਲਾ ਪੂਰੀ ਕਰਾਵਾਂਗੇ ਦੁੱਧ ਦੀ ਵੀ, ਪੈਸੇ ਵੀ ਤੇ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਸਾਡੇ ਨਾਲ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ, ਖੁਦਾ ਹਾਫਿਜ਼।